ਸਾਡੇ ਵਿੱਚ ਅਸੀਂ ਆਪਣੇ ਗੁਰਨਾਮ ਦੇ ਜਿਹੜਾ ਦਿੱਤਾ ਹੈ ਵਿਰਸਾ ਭੁੱਲ ਗਏ ਆ ਤੇ ਉਹ ਭੁੱਲਣ ਕਰਕੇ ਉਹ ਕਹਿਣ ਦੀ ਗੱਲ ਹੈ ਕਿ ਵੀ ਹਾਂ ਬਰਾਬਰਤਾ ਦਾ ਦਰਜਾ ਗੁਰੂ ਸਾਹਿਬ ਨੇ ਦਿੱਤਾ ਪਰ ਸਮਾਜਾਂ ਵਿੱਚ ਜਾਂ ਇਨਫੈਕਟ ਮੈਂ ਤੇ ਕਵਾਂਗੀ ਕਿ ਗੁਰਦੁਆਰਿਆਂ ਵਿੱਚ ਵੀ ਸਾਨੂੰ ਬਰਾਬਰ ਦਾ ਦਰਜਾ ਨਹੀਂ ਲੇਕਿਨ ਉੱਥੇ ਵੀ ਜੇ ਅਸੀਂ ਕੋਈ ਚੇਂਜ ਲੈਣਾ ਚਾਹੁੰਦੇ ਆ ਤੇ ਉੱਥੇ ਐਜ਼ ਅ ਲੇਡੀ ਤੁਹਾਨੂੰ ਚੇਂਜ ਲੈਣਾ ਸੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਐਸ ਕੰਪੇਅਰ ਟੂ ਜੇ ਬੰਦੇ ਚੇਂਜ ਸੌਖੇ ਤੇ ਕਿਨਾਂ ਲੈ ਆ ਸਕਦੇ ਉਕਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਵੂਮਨ ਡੇ ਚੱਲ ਰਿਹਾ ਹੈ ਵਰਲਡ 'ਚ ਹਰ ਜਗ੍ਹਾ ਮਨਾਇਆ ਜਾ ਰਿਹਾ ਹੈ ਔਰੇ ਬਾਬਤ ਅੱਜ ਅਸੀਂ ਡਾਕਟਰ ਸਜੀਤ ਕੌਰ ਹੁਣਾਂ ਨਾਲ ਵਿਸ਼ੇਸ਼ ਮੁਲਾਕਾਤ ਕਰਾਂਗੇ ਤੇ ਉਹਨਾਂ ਤੋਂ ਅੱਜ ਦੇ ਬਾਰੇ ਆਪਾਂ ਪੁੱਛਾਂਗੇ ਕਿ ਜਿਹੜਾ ਵੂਮਨ ਡੇ ਹੈ ਔਰੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਵੂਮਨ ਡੇ ਮਨਾਇਆ ਜਾ ਰਿਹਾ ਹੈ ਵਰਲਡ 'ਚ ਭਾਰਤ ਵਿੱਚ ਜਿੱਥੇ ਅਸੀਂ ਅੱਜ ਪੰਜਾਬ ਦੀ ਧਰਤੀ ਤੇ ਬੈਠੇ ਆਂ ਉਹਰੇ ਬਾਰੇ ਤੁਸੀਂ ਵੂਮਨ ਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਹ ਦੇਖੋ ਜੇ ਅਸੀਂ ਭਾਰਤ ਵਿੱਚ ਦੇਖੀਏ ਤੇ ਕਹਿਣ ਨੂੰ ਜ਼ਰੂਰ ਇਕਵੈਲਟੀ ਹੈ ਸਮਾਨਤਾ ਹੈ ਬਰਾਬਰੀਤਾ ਹੈ ਪਰ ਐਕਚੁਅਲਿਟੀ ਜੇ ਅਸੀਂ ਦੇਖੀਏ ਤੇ ਉਹ ਗੱਲ ਨਹੀਂ ਹੈ ਹੁਣ ਅਸੀਂ ਆਈਏ ਸਿੱਖੀ ਤੇ ਸਿੱਖ ਧਰਮ ਦੀ ਗੱਲ ਜੇ ਅਸੀਂ ਕਰੀਏ ਤੇ ਸਿੱਖ ਧਰਮ ਦੇ ਵਿੱਚ ਤੇ ਜਿਵੇਂ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਸੋਕਿਉਮੰਦ ਆਖੀ ਹੈ ਜਿੱਤ ਜਮੈ ਰਾਜਨ ਫਿਰ ਨਾਲ ਦੇ ਨਾਲ ਗੁਰੂ ਸਾਹਿਬ ਨੇ ਇੱਕ ਇਸਤਰੀ ਨੂੰ ਰਿਸਪੌਂਸਿਬਿਲਟੀ ਵੀ ਦਿੱਤੀ ਹੋਈ ਹੈ ਸਿਰਫ ਉਹਨਾਂ ਸਮਾਨ ਦਾ ਦਰਜਾ ਨਹੀਂ ਦਿੱਤਾ ਇਕਵਲਟੀ ਦਾ ਦਰਜਾ ਨਹੀਂ ਦਿੱਤਾ ਇੱਕ ਰਿਸਪੌਂਸਿਬਿਲਟੀ ਵੀ ਸਾਡੇ ਦੇ ਪਾਈ ਹੋਈ ਹੈ ਤੇ ਮੈਂ ਇਸਤਰੀ ਹੋਣ ਦੇ ਨਾਤੇ ਸਮਝਦੀ ਆ ਕਿ ਸਾਨੂੰ ਉਹ ਰਿਸਪੌਂਸਿਬਿਲਟੀ ਆਪਣੀ ਸੰਭਾਲਣੀ ਚਾਹੀਦੀ ਹੈ ਉਹ ਰਿਸਪੌਂਸਿਬਿਲਟੀ ਜੋ ਹੈ ਜਿਵੇਂ ਕਿ ਕਿਹਾ ਗਿਆ ਗੁਰਬਾਣੀ ਦੇ ਵਿੱਚ ਕਿ ਜੈ ਕੁਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਾਸਨਾ ਭਈ ਮੈਂ ਤਾਰੀ ਕਿ ਜਿਸ ਕੁਲ ਦੇ ਵਿੱਚ ਜਿਸ ਮਾਂ ਦੇ ਕੁੱਖੋਂ ਗਿਆਨਮਾਨ ਪੁਰਸ਼ ਭਗਤੀ ਵਾਲਾ ਪੁਰਸ਼ ਨਹੀਂ ਜਨਮਦਾ ਉਹ ਮਾਂ ਤੇ ਪਹਿਲੇ ਹੀ ਕਿਉਂ ਨਾ ਵਿਦਵਾ ਹੋ ਗਈ ਤੇ ਇਸ ਕਰਕੇ ਸਾਡੇ ਵਾਸਤੇ ਇੱਕ ਰਿਸਪਾਂਸਿਬਿਲਟੀ ਆਂਦੀ ਹੈ ਤੇ ਮੈਂ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਐ ਇੱਕ ਸੰਦੇਸ਼ਾ ਦੇਣਾ ਚਾਹਾਂਗੀ ਅੱਜ ਦੇ ਦਿਨ ਕਿ ਵੀ ਸਾਨੂੰ ਜੋ ਗੁਰੂ ਸਾਹਿਬ ਨੇ ਇਕੁਐਲਿਟੀ ਦਾ ਦਰਜਾ ਇਨਫੈਕਟ ਮੈਂ ਕਹਾਂਗੀ ਇਕੁਐਲਿਟੀ ਨਹੀਂ ਸਾਨੂੰ ਉੱਚਾ ਦਰਜਾ ਦਿੱਤਾ ਜਿਸ ਬਾਰੇ ਮੈਂ 2 ਮਿੰਟ ਬਾਅਦ ਗੱਲ ਕਰਾਂਗੀ ਤੇ ਗੁਰੂ ਸਾਹਿਬ ਨੇ ਨਾ ਸਾਨੂੰ ਇੱਕ ਰਿਸਪੌਂਸਿਬਿਲਟੀ ਦਿੱਤੀ ਸੀ ਕਿ ਅਸੀਂ ਆਪਣਾ ਕਲਚਰ ਉਸ ਨੂੰ ਪ੍ਰੋਪਗੇਟ ਕਰਨਾ ਜਿਵੇਂ ਕਿ ਭਾਰਤ ਦੇ ਵਿੱਚ ਇੱਕ ਔਰਤ ਨੂੰ ਬੈਗ ਆਫ ਲੈਦਰ ਮੰਨਿਆ ਜਾਂਦਾ ਸੀ ਚਮੜੇ ਦਾ ਬੈਗ ਮੰਨਿਆ ਜਾਂਦਾ ਸੀ ਜਾਂ ਉਹਨੂੰ ਖੇਤੀ ਮੰਨਿਆ ਜਾਂਦਾ ਸੀ ਜਿਦੇ ਵਿੱਚ ਬੀਜ ਪਾਇਆ ਜਾਏਗਾ ਤੇ ਅਗੋਂ ਮਤਲਬ ਰੀਪ੍ਰੋਡਕਸ਼ਨ ਹੋਣੀ ਹੈ ਤੇ ਇਸ ਰੀਪ੍ਰੋਡਕਟਿਵ ਫੰਕਸ਼ਨ ਨੂੰ ਤੇ ਉੱਚਾ ਦਰਜਾ ਦਿੱਤਾ ਹੀ ਗੁਰੂ ਸਾਹਿਬ ਨੇ ਨਾਲ ਨਾਲ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਵੀ ਤੁਸੀਂ ਕਲਚਰ ਦੇ ਪ੍ਰੋਪਗੇਟਰ ਵੀ ਹੋ ਤੇ ਕੀ ਅਸੀਂ ਅੱਜ ਇਹ ਰੋਲ ਨਿਭਾ ਰਹੇ ਹਾਂ ਕਲਚਰ ਦੇ ਪ੍ਰੋਪਗੇਸ਼ਨ ਦਾ ਸਾਨੂੰ ਅੰਦਰ ਪਰਚੋਲ ਕਰਨ ਦੀ ਲੋੜ ਹੈ ਕਿ ਅਸੀਂ ਆਪਣਾ ਵਿਰਸਾ ਉਸ ਦੇ ਉੱਪਰ ਅਸੀਂ ਆਪ ਹੀ ਨਹੀਂ ਮਾਣ ਕਰਦੇ ਸਾਡੇ ਗੌਰਵ ਮਾਣ ਸਾਡੇ ਮਨjou ਨਿਕਲ ਹੀ ਗਿਆ ਆਪਣੇ ਵਿਰਸੇ ਤੇ ਪ੍ਰਤੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਗਾ ਵਿਰਸਾ ਕੀ ਹੈ ਤੇ ਜੇ ਤੁ ਮੈਨੂੰ ਨਹੀਂ ਪਤਾ ਮੇਰੇ ਵਿਰਸੇ ਬਾਰੇ ਤੇ ਮੈਂ ਅੱਗੇ ਕੀ ਪ੍ਰੋਪਗੇਟ ਇਸ ਚੀਜ਼ ਨੂੰ ਕਰਾਂਗੇ ਤੇ ਇਸ ਕਰਕੇ ਸਾਨੂੰ ਜੋ ਰੋਲ ਅਦਾ ਕਰਨ ਵਾਸਤੇ ਗੁਰੂ ਸਾਹਿਬ ਨੇ ਕਿਹਾ ਹੈ ਸਾਡੀ ਇੱਕ ਡਿਊਟੀ ਬਣਦੀ ਹੈ ਕਿ ਅਸੀਂ ਉਸ ਰੋਲ ਨੂੰ ਨਿਭਾਈਏ ਜਿਸ ਤਰ੍ਹਾਂ ਤੁਸੀਂ ਇੱਥੇ ਗੱਲ ਕਰ ਰਹੇ ਹੋ ਕਿ ਜਿਵੇਂ ਦੇਖੀਏ ਅੱਜ ਕੱਲ ਸਮਾਜ ਦੇ ਵਿੱਚ ਜਿੱਥੇ ਬੀਬੀਆਂ ਨੂੰ ਕੀ ਮਰਦਾਂ ਦੇ ਬਰਾਬਰ ਦੀ ਸਮਾਨਤਾ ਮਿਲਦੀ ਪਈ ਹੈ ਕਿ ਨਹੀਂ ਦੇਖੋ ਜੇ ਅਸੀਂ ਘਰਾਂ ਵਿੱਚ ਦੇਖੀ ਹੈ ਸਾਡੇ ਪੰਜਾਬੀ ਘਰਾਂ ਵਿੱਚ ਐਟ ਲੀਸਟ ਇੰਡੀਆ ਤੇ ਨਹੀਂ ਹੈ ਭਾਰਤ ਵਿੱਚ ਤੇ ਨਹੀਂ ਹੈ ਜੇ ਅਸੀਂ ਬਾਹਰਲੇ ਦੇਸ਼ਾਂ ਜਾਈਏ ਤੇ ਉੱਥੇ ਜ਼ਰੂਰ ਬਰਾਬਰ ਦਾ ਦਰਜਾ ਹੈ ਐਸ ਫਾਰ ਐਸ ਡਿਊਟੀਆਂ ਆ ਕਨਸਰਨ ਲੇਕਿਨ ਜੇ ਅਸੀਂ ਇੰਡੀਆ ਵਿੱਚ ਦੇਖੀਏ ਤੇ ਉਹੀ ਔਰਤ ਨੇ ਬਾਹਰ ਵੀ ਕੰਮ ਕਰਕੇ ਆੜਾ ਤੇ ਘਰ ਵੀ ਹੁਣ ਸਾਰੇ ਰੋਲ ਨਿਭਾਣਾ ਹੈ ਤੇ ਇੱਥੇ ਦੂਰੀ ਨੀਤੀ ਕਿਉਂ ਅਪਣਾਈ ਜਾਂਦੀ ਹੈ ਕਿ ਬਾਹਰਲੀਆਂ ਔਰਤਾਂ ਲਈ ਬਰਾਬਰ ਜਿਹੜੀ ਦੇਖਣ ਨੂੰ ਮਿਲਦੀ ਹੈ ਤੇ ਇੱਥੇ ਭਾਰਤ ਵਿੱਚ ਆਪਾਂ ਨੂੰ ਨਹੀਂ ਮਿਲਦੀ ਓ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਾਹਰਲੇ ਦੇਸ਼ਾਂ ਵਿੱਚ ਜਿਹੜਾ ਵੈਸਟਰਨ ਕਲਚਰ ਹੈ ਉੱਥੇ ਔਰਤ ਫੈਮਿਨਿਸਟ ਐਕਟਿਵਿਸਟ ਜ਼ਿਆਦਾ ਹੋਣ ਕਰਕੇ ਉੱਥੇ ਇਹ ਕੀਤਾ ਜਾਂਦਾ ਸਾਡੇ ਵਿੱਚ ਅਸੀਂ ਆਪਣੀ ਗੁਰਨਾਮ ਦੇ ਦਿੱਤਾ ਹੈ ਵਿਰਸਾ ਭੁੱਲ ਗਏ ਆ ਤੇ ਉਹ ਭੁੱਲਣ ਕਰਕੇ ਉਹ ਕਹਿਣ ਦੀ ਗੱਲ ਹੈ ਕਿ ਵੀ ਹਾਂ ਬਰਾਬਰਤਾ ਦਾ ਦਰਜਾ ਗੁਰੂ ਸਾਹਿਬ ਨੇ ਦਿੱਤਾ ਪਰ ਸਾਨੂੰ ਘਰਾਂ ਵਿੱਚ ਆ ਇਨਫੈਕਟ ਮੈਂ ਤੇ ਕਵਾਂਗੀ ਕਿ ਗੁਰਦੁਆਰਿਆਂ ਵਿੱਚ ਵੀ ਸਾਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ جے ਅਸੀਂ ਗੁਰਦੁਆਰਾ ਸਾਹਿਬ ਵਿੱਚ ਵੀ ਕਿਤੇ ਆਵਾਜ਼ ਉਠਾਈਏ ਕੋਈ ਗੱਲ ਕਹੀਏ ਕੋਈ ਕੰਪੀਟੀਸ਼ਨ ਕਰਨਾ ਚਾਹੀਏ ਕੋ ਕੁਝ ਕਰਨਾ ਚਾਹੀਏ ਤੇ ਹਮੇਸ਼ਾ ਲੱਗਦਾ ਹੈ ਕਿ ਜਿਵੇਂ ਬਾਕੀ ਦੇ ਮੈਂਬਰਸ ਕਮੇਟੀ ਦੇ ਜਿਹੜੇ ਹੁੰਦੇ ਨਾ ਉਹਨਾਂ ਨੂੰ ਲੱਗਦਾ ਵੀ ਇਹ ਕਿੱਥੋਂ ਅੱਗੇ ਆ ਰਹੀਆਂ ਬੀਬੀਆਂ ਤੇ ਬੀਬੀਆਂ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਾਡੇ ਆਫੀਸਰਸ ਵਿੱਚ ਵੀ ਇਸ ਤਰ੍ਹਾਂ ਦਿਖਣ ਨੂੰ ਮਿਲਦਾ ਪਰ ਉੱਥੇ ਤਾਂ ਚਲੋ ਨਾਨ ਸਿੱਖ ਵੀ ਸੰਦੇ ਅਸੀਂ ਕੁਝ ਕਰ ਨਹੀਂ ਸੀ ਸਕਦੇ ਲੇਕਿਨ ਉੱਥੇ ਵੀ ਜੇ ਅਸੀਂ ਕੋਈ ਚੇਂਜ ਲਿਆਣਾ ਚਾਹੁੰਦੇ ਆ ਤੇ ਉਥੇ ਐਜ਼ ਅ ਲੇਡੀ ਤੁਹਾਨੂੰ ਚੇਂਜ ਲਿਆਉਣ ਉਸੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਐਸ ਕੰਪੇਅਰ ਟੂ ਜਿਹੜੇ ਬੰਦੇ ਚੇਂਜ ਸੌਖੇ ਤਰੀਕੇ ਨਾਲ ਲਿਆ ਸਕਦਾ ਜਿੱਦਾਂ ਕਿ ਅੱਜ ਸਮਾਜ ਵਿਚਰ ਰਿਹਾ ਹੈ ਸਮਾਜ ਦੇ ਵਿੱਚ ਇਸਤਰੀ ਦੀ ਕਿਹੜੀ ਜਗ੍ਹਾ ਲੋਕਾਂ ਨੂੰ ਦਿਖਾਈ ਜਾ ਰਹੀ ਹੈ ਔਰ ਇਹ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਅੱਜ ਅਸੀਂ ਜੇ ਸਮਾਜ ਵਿੱਚ ਇਸਤਰੀ ਦੇਖੀ ਹੈ ਤੇ ਚਾਹੇ ਕਿਤਨਾ ਵੀ ਸਮਾਜ ਐਡਵਾਂਸ ਹੋ ਗਿਆ ਚਾਹੇ ਅਸੀਂ ਕਹਿੰਦੇ ਆ ਕਿ ਇਸਤਰੀ ਦੇਖੋ ਬਾਹਰ ਜਾ ਕੇ ਕੰਮ ਕਰਦੀ ਹੈ ਸਾਰੇ ਰੋਲਸ ਨਿਭਾ ਰਹੀ ਹੈ ਆਪਣੇ ਘਰ ਦਾ ਰੋਲ ਕਰ ਰਹੀ ਬਾਹਰ ਦਾ ਰੋਲ ਕਰ ਰਹੀ ਹੈ ਫਿਰ ਵੀ ਇਸਤਰੀ ਦਾ ਇੱਕ ਨਵੇਕਲਾ ਰੋਲ ਹੈ ਔਰ ਇਹ ਅਸੀਂ ਜੇ ਦੇਖੀਏ ਤੇ ਗੁਰੂ ਸਾਹਿਬ ਦੇ ਪੁਰਨਿਆਂ ਤੋਂ ਉੱਪਰ ਚੱਲ ਰਹੀ ਹੈ ਉਹ ਕਿਵੇਂ ਜਿਵੇਂ ਕਿ ਜੇ ਅਸੀਂ ਦੇਖੀਏ ਕਿ 24 ਘੰਟੇ ਜੇ ਕਿਸੇ ਨੇ ਡਿਊਟੀ ਨਿਭਾਣੀ ਹੈ ਜੇ ਕਿਸੇ ਨੇ ਆਪਣੇ ਆਪ ਨੂੰ ਵਾਰ ਕੇ ਪਰਿਵਾਰ ਨੂੰ ਸੰਭਾਲਣਾ ਹੈ ਜੇ ਕਿਸੇ ਨੇ ਦੂਜਿਆਂ ਨੂੰ ਸੇਵਾ ਕਰਕੇ ਚਾਹੇ ਕੋਈ ਗੁੱਸੇ ਹੋਵੇ ਚਾਹੇ ਕੋਈ ਡਾਂਟੇ ਚਾਹੇ ਸੱਸ ਸਹੇ ਚਾਹੇ ਪਤੀ ਹੈ ਚਾਹੇ ਬੱਚੇ ਹਨ ਗੁੱਸੇ ਹੋਣ ਤਾਂ ਵੀ ਉਸਨੇ ਖਾਸ ਖਾਸ ਕੇ ਪ੍ਰਸ਼ਾਦਾ ਚਕਾਣਾ ਹੈ ਜੇ ਕੋਈ ਬਿਮਾਰ ਹੈ ਤੇ ਉਹਨੂੰ ਪਹਿਲੇ ਸੰਭਾਲਣਾ ਆਪਣੀ ਡਿਊਟੀ ਕਰਕੇ ਨੌਕਰੀ ਕਰਕੇ ਵੀ ਆ ਕੇ ਸੰਭਾਲਣਾ ਹੈ ਔਰ ਫਿਰ ਤਨਖਾਹ ਪੁੱਛੀਏ ਤੇ ਕੀ ਤਨਖਾਹ ਹੈ ਕੋਈ ਤਨਖਾਹ ਨਹੀਂ ਹੈ ਉਹ ਇੱਕ ਮੈਨੇਜਰ ਹੈ ਉਹ ਜਿਹੜੀ ਅਨੀ ਡਿਊਟੀ ਨਿਭਾ ਕੇ ਅੱਛਾ ਕੋਈ ਛੁੱਟੀ ਨਹੀਂ ਇਸਤਰੀ ਵਾਸਤੇ ਕੋਈ ਛੁੱਟੀ ਨਹੀਂ ਕੋਈ ਤਨਖਾਹ ਨਹੀਂ ਕੋਈ ਛੁੱਟੀ ਨਹੀਂ ਔਰ ਉਸਨੇ ਸਾਰੇ ਰੋਲ ਨਿਭਾਉਣ ਇੱਕ ਐਹੋਜੀ ਮੈਨੇਜਰ ਹੈ ਹੂ ਇਜ਼ ਅਵੇਲੇਬਲ 24 ਆਰਸ ਵਿਦਾਊਟ ਐਨੀ ਸੈਲਰੀ ਤੇ ਐਹੋਜੀ ਮੈਨੇਜਰ ਜੋ ਹੈ ਯਾ ਕਹਿ ਲੀਏ ਐਹੋਜੀ ਸੇਵਾਦਾਰ ਸਾਨੂੰ ਸਾਰਿਆਂ ਨੂੰ ਬਣਨਾ ਚਾਹੀਦਾ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਗੁਰਸਿੱਖ ਉਹ ਹੈ ਜੋ ਆਪਾਵਾਰ ਕੇ ਦੂਜਿਆਂ ਦੀ ਸੇਵਾ ਕਰੇ ਤੇ ਇਸੇ ਤਾਂ ਹੀ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਜੋ स्त्री ਦਾ ਗੁਣ ਹੈ ਜਿਹਦੇ ਕਰਕੇ ਉਹਨੂੰ ਉੱਚਾ ਦਰਜਾ ਗੁਰੂ ਸਾਹਿਬ ਨੇ ਦਿੱਤਾ ਇਹ ਗੁਣ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਸਾਡੇ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ ਔਰ ਅਸੀਂ ਪਰਮੇਸ਼ਵਰ ਪਤੀ ਦੀਆਂ ਔਰਤਾਂਾਂ ਚਾਹੇ ਕੋਈ ਬੰਦਾ ਹੈ ਚਾਹੇ ਕੋਈ ਲੜਕਾ ਹੈ ਜਾਂ स्त्री ਹੈ ਤੇ ਇਹ ਜੋ स्त्री ਦਾ ਰੋਲ ਮਾਡਲ ਹੈ ਸਾਰੇ ਅਪਣਾਣ ਤੇ ਸ਼ਾਇਦ ਸਾਡੇ ਸਮਾਜ ਦੇ ਵਿੱਚ ਸੇਵਾ ਭਾਵਨਾ ਹੋਰ ਵੀ ਜ਼ਿਆਦਾ ਜਾ ਕੇਗੀ ਏ ਸੰ ਡਾਕਟਰ ਸੁਖਜੀਤ ਕੌਰ ਜੀ ਜਿਨ੍ਹਾਂ ਨੇ ਥੋੜੇ ਸ਼ਬਦਾਂ 'ਚ ਸਾਨੂੰ ਬਹੁਤ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ वूਮਨ ਡੇ ਦੇ ਉੱਤੇ ਕੈਮਰਾਮੈਨ ਸੁਮਨ ਪ੍ਰੀਤ ਦੇ ਨਾਲ ਹਰਪ੍ਰੀਤ ਸਿੰਘ ਅੰਮ੍ਰਿਤਸਰ ਪੁਕਾਰ ਟੀਵੀ